ਮਾਸ਼ਾਅੱਲਾ ਜੀ ਹਰ ਸਾਲ ਦੀ ਤਰ੍ਹਾਂ ਖਵਾਜਾ ਜਾਨ ਸਾਹਿਬ ਔਰ ਇਹਨਾਂ ਦੀ ਪੂਰੀ ਟੀਮ ਮਿਲਾਦ ਦੇ ਹਵਾਲੇ ਨਾਲ ਤਾਂ ਲੰਗਰ ਦਾ ਇਤਮਾਮ ਕੀਤਾ ਤੇ ਆਵਾਮ ਜਨਾਬ ਲੰਗਰ ਖਾਈ ਰਹੀ ਹੈ ਕੁਝ ਇੰਤਜ਼ਾਰ ਵਿੱਚ ਹੈ ਖਾਣੇ ਵਾਲੇ ਜਨਾਬ ਬੈਠੇ ਹੋਏ ਠੀਕ ਹੈ ਭਾਈ ਸਾਹਿਬ ਜਿਹੜਾ ਤੁਸੀਂ ਇਤਮਾਮ ਕੀਤਾ ਤੁਸੀਂ ਟੀਮੇ ਕੀਤਾ ਮਾਸ਼ਾਅੱਲਾ ਅੱਲਾਹ ਤਾਲਾ ਤੁਸਾਂ ਸਾਰਿਆਂ ਨੇ ਰੋਜ਼ੀ ਰਿਜ਼ਕ ਵਿੱਚ ਬਰਕਤ ਅਤਾ ਫਰਮਾਏ ਤਾਂ ਤੁਸਾਂ ਇਸ ਨੇ ਬਾਰੇ ਕੋਈ ਆਪਣੇ ਖਿਆਲਾਤ ਨਾਲ ਇਜ਼ਹਾਰ ਕਰੋ ਭਾਈ ਸਾਹਿਬ ਤੁਸਾਂ ਦਾ ਕੈਸ਼ਨਾਂ ਨੇ ਸ਼ੁਕਰੀਆ ਜੀ ਮੋਸਟ ਵੈਲਕਮ ਇਹ ਮਦਰ ਸਾਹਿਬ ਮਾਸਟਰ ਇਮਤਿਆਜ਼ੀ ਸਾਹਿਬ ਅੱਲਾਹ ਤਾਲਾ ਨੇ ਜ਼ਰੀਏ ਕਰਿਆ ਕਿ ਰਹਿਣ ਨੂੰ ਠੀਕ ਹੈ ਜੀ ਜਨਾਬ ਜੰਗੀਰ ਉਰਫ ਜੰਗੋ ਠੀਕ ਹੈ ਠੀਕ ਹੈ ਜੀ ਔਰ ਕਾਫੀ ਬੰਦੇ ਨੇ ਮੈਂ ਨਾਂ ਨਾ ਗਿਣ ਸਕਣਾ ਉਹਨਾਂ ਦਾ ਮਤਲਬ ਹੈ ਇੱਕ ਚੌਧਰੀ ਗੁਮਦਾਦ ਹੈ ਯੂਕੇ ਦੇ ਉਸਨੂੰ ਵੀ ਉਹ ਵੀ ਜਾਣਾ ਇਸ ਮਾਮਲੇ 'ਚ ਅਸੀਂ ਸਪੋਂਸਰ ਕਰਨਾ ਤਕਰੀਬਨ ਅਸਾਂ ਜਿਹੜਾ ਨਾ ਬੰਦੇ ਸਾਂ ਸਾਰੇ ਜਿਹੜਾ ਅੱਲਾਹ ਨੇ ਹੁਕਮ ਨਾਲ ਨਬੀ ਪਾਸ ਅਸਾਂ ਮਿਲਾਦ ਬਣਾਉਣੇ ਆ ਸਾਰੇ ਕਿ ਜੇ ਚਾਹੇ ਉਹ ਗਰੀਬ ਹੈ ਕੋਈ ਚਾਹੇ ਕੋਈ ਅਮੀਰ ਹੈ ਲੇਕਿਨ ਜ਼ਿਆਦਾਤਰ ਅਕਸਰੀਅਤ ਇੱਥੇ ਗਰੀਬਾਂ ਦੀ ਉੜੀਆਂ ਜਿਹੜੇ ਲੰਘ ਰਹੇ ਅਸਾਂ ਉਹਨਾਂ ਵਾਸਤੇ ਹਰ ਖਾਸ ਸਾਲੋ ਸਾਲ ਬਣਾਉਣੇ ਆ ਤਾਂ ਕੁਝ ਲੋਕ ਆਖਦੇ ਨੇ ਕਿ ਵੀ ਮਿਲਾਦ ਬਣਾ ਰਹੇ ਤਾਂ ਗਰੀਬਾਂ ਨੇ ਖਿਦਮਤ ਕਰੋ ਤਾਂ ਗਰੀਬਾਂ ਦੀ ਖਿਦਮਤ ਕਰ ਲਓ ਆ ਵੀ ਇਹ ਗਰੀਬ ਇਨ ਸਾਰੇ ਤਾਂ ਇੱਥੇ ਵੀ ਗਰੀਬ ਵੀ ਬੈਠੇ ਹੋਏ ਤਾਂ ਖਾਣਾ ਜਿਹੜਾ ਸਾਰੇ ਮੂੰਹੇ ਜਾਸੀ ਸਿਰਫ ਇਹ ਆ ਵੀ ਤਰਤੀਬ ਨਾਲ ਹੀ ਹਰ ਕੰਮ ਹੋਣਾ ਤਾਂ ਹਰ ਬੰਦਾ ਹੋਣਾ ਵੀ ਮੈਂ ਪਹਿਲੇ ਖਾਈ ਗਿਣਾ ਲੇਕਿਨ ਇਹ ਕਿ ਚਲੋ ਖਵਾਲਣੇ ਵੀ ਸਿਰਫ ਬੱਕਰੇ ਨਾਲ ਗੋਸ਼ਤ ਮਾਸ਼ਾਅੱਲਾ ਕੋਈ ਪੱਠ ਨਹੀਂ ਹੋਣੀ ਕੋਈ ਬੱਕਰੀ ਨਹੀਂ ਹੋਣੀ ਬੱਕਰੇ ਸਾਹਮਣੇ ਮਾਸ਼ਾਅੱਲਾ ਜੀ ਬਹੁਤ ਸ਼ੁਕਰੀਆ ਜੀ ਭਾਈ ਸਾਹਿਬ ਅੱਲਾਹ ਹਾਫਿਜ਼ ਰਾਜਤ ਭਾਈ ਕੀ ਹਾਲ ਹੈ ਠੀਕ ਹੈ ਮਾਸ਼ਾਅੱਲਾ ਜੀ ਬਹੁਤ ਅੱਛੀ ਬਾਤ ਹੈ ਅੱਲਾਹ ਤਾਲਾ ਮਜ਼ੀਦ ਖਿਦਮਤ ਕਰਨੇ ਨੇ ਹਿੰਮਤ ਤਾਕਤ ਅਤਾ ਫਰਮਾਏ ਜੀ ਹੈ ਜਨਾਬ ਬੈਠੇ ਹੈ ਲੰਗਰ ਖਾਣੇ ਵਾਲੀ ਆਵਾਮ ਜਨਾਬ ਇਹ ਸਰਫਰਾਜ਼ ਸਾਹਿਬ ਨੂੰ ਜੀ ਤੱਕੀ ਸਕਦੇ ਹੋ ਇਹ ਲੰਗਰ ਤਕਸੀਮ ਕਰੀ ਰਹੇ ਨੇ ਇਹ ਜਨਾਬ ਭਰੀ ਭਰੀ ਤਾਂ ਖਿਲਾਈ ਰਹੇ ਜਨਾਬ ਜਨਾਬ ਕਾਦਰ ਭਾਈ ਕੀ ਹਾਲ ਹੈ ਠੀਕ ਹੋ ਸਿਹਤ ਵੀ ਠੀਕ ਹੈ ਲੰਗਰ ਚੱਲੀ ਰਿਹਾ ਮਾਸ਼ਾਅੱਲਾ ਖਾਈ ਜੋ ਅਸਲਾਮ ਵਾਲੇਕੁਮ ਜੀ ਖਵਾਜ ਸਾਹਿਬ ਕੀ ਹਾਲ ਹੈ ਜਨਾਬ ਐਵਰੀਬਾਡੀ ਮਾਸ਼ਾਅੱਲਾ ਜੀ ਲੰਗਰ ਤਕਸੀਮ ਹੋ ਹੀ ਰਿਹਾ ਤੜਾ ਤੜ